ਕਹਿੰਦਾ ਜ਼ੁਲਮ ਕੇ ਸਾਏ ਮੇ ਲਬ ਖੋਲੇਗਾ ਕੌਣ, ਅਗਰ ਹਮ ਹੀ ਚੁੱਪ ਰਹੇ ਤੋ ਬੋਲੇਗਾ ਕੌਣ। ਸੋ ਸਤਿਕਾਰਯੋਗ ਵੀਰੋ, ਬੜੀ ਖੁਸ਼ੀ ਹੋਈ ਪਹਿਲਾਂ ਤੁਹਾਡਾ ਇਹ ਇਕੱਠ ਦੇਖ ਕੇ। ਸੋ ਸਤਿਕਾਰਯੋਗ ਵੀਰੋ, ਲੜਾਈ ਸ਼ੁਰੂ ਹੋ ਚੁੱਕੀ ਹੈ, ਲੜਾਈ ਪੰਜਾਬ ਦੀ ਆਨ ਦੀ, ਲੜਾਈ ਪੰਜਾਬ ਦੀ ਸ਼ਾਨ ਦੀ। ਆਉਣ ਵਾਲਾ ਸਮਾਂ ਦੱਸੇਗਾ ਵੀ ਤੁਸੀਂ ਪੱਗ ਨੂੰ ਪਿਆਰ ਕਰਦੇ ਹੋ ਕਿ ਦਿੱਲੀ ਵਾਲਿਆਂ ਨੇ ਜਿਹੜੀ ਟੋਪੀ ਦਿੱਤੀ ਆ ਉਸ ਨੂੰ ਪਿਆਰ ਕਰਦੇ ਹੋ। ਸੋ ਸਤਿਕਾਰਯੋਗ ਵੀਰੋ, ਇਹ ਜਿਹੜੀ ਪੱਗ ਹੈ ਇਹ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਬਖਸ਼ੀ ਹੈ। ਸੋ ਬੜੀਆਂ ਮਹਾਨ ਪਰੰਪਰਾਵਾਂ ਨੇ ਸਿੱਖ ਧਰਮ ਦੀਆਂ, ਆਪਣੀਆਂ ਕੌਮ ਦੀਆਂ, ਪਰ ਪਿਛਲੇ ਸਮਿਆਂ 'ਚ ਜਨਸੰਘੀਆਂ ਨੇ ਲਾ ਲਈਏ, ਆਰ ਐਸ ਐਸ ਨੇ ਲਾ ਲਈਏ ਵੀ ਇੱਕ ਵੱਡੀ ਚਾਲ ਚਲੀ ਗਈ। ਬਹੁਤ ਹੀ ਸਤਿਕਾਰਯੋਗ, ਮੇਰੇ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਆਗੂ ਸਰਦਾਰ ਸਿਮਰਜੀਤ ਸਿੰਘ ਮਾਨ ਜੀ, ਮੇਰੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਰੱਬ ਵਰਗੀਆਂ ਮਾਤਾਵਾਂ, ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ, ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨੌਜਵਾਨ ਸਾਥੀ, ਆਓ ਸਭ ਤੋਂ ਪਹਿਲਾਂ ਗੁਰੂਆਂ ਵੱਲੋਂ ਬਖਸ਼ੀ ਗੁਰਫਤਿਹ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਜ਼ੁਲਮ ਕੇ ਸਾਏ ਮੇ ਲਬ ਖੋਲੇਗਾ ਕੌਣ, ਅਗਰ ਹਮ ਹੀ ਚੁੱਪ ਰਹੇ ਤੋ ਬੋਲੇਗਾ ਕੌਣ। ਸੋ ਸਤਿਕਾਰਯੋਗ ਵੀਰੋ, ਬੜੀ ਖੁਸ਼ੀ ਹੋਈ ਪਹਿਲਾਂ ਤੁਹਾਡਾ ਇਹ ਇਕੱਠ ਦੇਖ ਕੇ। 2 ਮਿੰਟ ਦਾ ਸਮਾਂ ਦਿੱਤਾ ਗਿਆ, ਕੋਈ ਗੱਲ ਨਹੀਂ, ਪ੍ਰਬੰਧਕਾਂ ਨੂੰ ਕਹਿਣਾ ਵੀ ਜਿੱਥੇ ਐਡੀ ਵੱਡੀ ਤਾਦਾਦ 'ਚ ਲੋਕ ਆਉਣ ਉੱਥੇ ਵਿਚਾਰਾਂ ਆਪਦੇ ਵਿਚਾਰ ਕਰਨੇ ਜ਼ਰੂਰੀ ਹੈ। ਸੋ ਸਤਿਕਾਰਯੋਗ ਵੀਰੋ, ਲੜਾਈ ਸ਼ੁਰੂ ਹੋ ਚੁੱਕੀ ਹੈ, ਲੜਾਈ ਪੰਜਾਬ ਦੀ ਆਨ ਦੀ, ਲੜਾਈ ਪੰਜਾਬ ਦੀ ਸ਼ਾਨ ਦੀ। ਆਉਣ ਵਾਲਾ ਸਮਾਂ ਦੱਸੇਗਾ ਵੀ ਤੁਸੀਂ ਪੱਗ ਨੂੰ ਪਿਆਰ ਕਰਦੇ ਹੋ ਕਿ ਦਿੱਲੀ ਵਾਲਿਆਂ ਨੇ ਜਿਹੜੀ ਟੋਪੀ ਦਿੱਤੀ ਆ ਉਸ ਨੂੰ ਪਿਆਰ ਕਰਦੇ ਹੋ। ਸੋ ਸਤਿਕਾਰਯੋਗ ਵੀਰੋ, ਇਹ ਜਿਹੜੀ ਪੱਗ ਹੈ ਇਹ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਬਖਸ਼ੀ ਹੈ। ਸੋ ਬੜੀਆਂ ਮਹਾਨ ਪਰੰਪਰਾਵਾਂ ਨੇ ਸਿੱਖ ਧਰਮ ਦੀਆਂ, ਆਪਣੀਆਂ ਕੌਮ ਦੀਆਂ, ਪਰ ਪਿਛਲੇ ਸਮਿਆਂ 'ਚ ਜਨਸੰਘੀਆਂ ਨੇ ਲਾ ਲਈਏ, ਆਰ ਐਸ ਐਸ ਨੇ ਲਾ ਲਈਏ ਵੀ ਇੱਕ ਵੱਡੀ ਚਾਲ ਚਲੀ ਗਈ। ਚਾਲ ਮਾਲਵੇ ਤੋਂ ਸ਼ੁਰੂ ਹੋਈ ਜਿੱਥੇ ਮੇਰੇ ਕਿਸਾਨ ਭੋਲੇ ਭਾਲੇ ਲੋਕ ਰਹਿੰਦੇ ਨੇ। ਸੋ ਕਿਹੜਾ ਨਾਰਾ ਦਿੱਤਾ ਆਪਾਂ ਨੂੰ ਆ ਕੇ? ਨਾਰਾ ਦਿੱਤਾ, ਸ਼ਰਮ ਨਾਲ ਸਿਰ ਝੁੱਕ ਜਾਂਦਾ। ਆਮ ਆਦਮੀ ਪਾਰਟੀ ਨੇ ਇੱਕ ਨਾਰਾ ਦਿੱਤਾ, ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਉਹ ਮੈਂ ਕਹਿਣਾ ਵੀ ਮੈਨੂੰ ਧਰਤੀ ਨਹੀਂ ਮਿਲਦੀ, ਮੈਂ ਕਿੱਥੇ ਮਰਾਂ? ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਆਪਾਂ ਨੂੰ ਖਾਲਸਾ ਸਾਜਿਆ ਉੱਥੇ ਇਹ ਨਾਰਾ ਦਿੱਤਾ, ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਇਸ ਨਲਾਇਕ ਪਾਰਟੀ ਨੇ ਕਦੇ ਇਹ ਗੱਲ ਨਹੀਂ ਕੀਤੀ ਵੀ ਪੰਜਾਬ ਦੇ ਨੌਜਵਾਨ ਨਾਲ ਸਾਰਾ ਪੰਜਾਬ, ਵੀ ਪੰਜਾਬ ਦੇ ਕਿਸਾਨਾਂ ਨਾਲ ਸਾਰਾ ਪੰਜਾਬ, ਪੰਜਾਬ ਦੇ ਮਜ਼ਦੂਰਾਂ ਨਾਲ ਸਾਰਾ ਪੰਜਾਬ। ਸੋ ਸਤਿਕਾਰਯੋਗ ਵੀਰੋ, ਗੱਲ ਕੀਤੀ ਆ ਇਨਕਲਾਬ ਦੀ ਝਾੜੂ ਵਾਲਿਆਂ ਨੇ। ਇਨਕਲਾਬ ਕੀ ਸੀ?
ਇਨਕਲਾਬ ਲੈ ਕੇ ਆਏ ਬਾਜਾਂ ਵਾਲੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ। ਇਨਕਲਾਬ ਹੈ ਪੰਜਾਬ ਚ ਹਰਤ ਕ੍ਰਾਂਤੀ ਲਿਆਉਣ ਵਾਲਾ ਪੰਜਾਬ ਦਾ ਕਿਸਾਨ, ਇਨਕਲਾਬ ਹੈ ਇੱਥੋਂ ਦਾ ਮਜ਼ਦੂਰ। ਇਨਕਲਾਬ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹਨੇ ਸਿੱਖ ਕੌਮ ਵਾਸਤੇ ਪਤਾ ਨਹੀਂ ਕਿੰਨੇ ਤਸੀਹੇ ਚੱਲੇ, ਕਿੰਨੇ ਸਾਲ ਜੇਲਾਂ ਰਹੇ, ਕਿਸ ਤਰ੍ਹਾਂ ਦੀ ਇਨਕਲਾਬ ਦੀ ਗੱਲ ਕਰਦੇ ਨੇ। ਸਾਡੇ ਹੱਥ ਵਿੱਚ ਝਾੜੂ ਫੜਾ ਦਿੱਤਾ, ਭਾਈ ਦੀਪ ਸਿੱਧੂ ਆਇਆ ਸੀ ਪਿੰਡਾਂ ਵਿੱਚ। ਆਹ ਮਹਾਨ, ਮੈਂ ਤਾਂ ਜਦੋਂ ਇਹਨੂੰ ਇਸ ਤਲਵਾਰ ਨੂੰ ਆਪਦੇ ਮਸਤਕ ਨਾਲ ਲਾਇਆ ਬਹੁਤ ਵਾਰੀ, ਹਮੇਸ਼ਾ ਸਰਦਾਰ ਸਿਮਰਜੀਤ ਸਿੰਘ ਮਾਨ ਕੋਲੇ ਇਹ ਤਲਵਾਰ ਰਹਿੰਦੀ ਆ ਇਤਿਹਾਸਕ। ਸ਼ਾਇਦ ਇਹੀ ਤਲਵਾਰ ਸੀ ਜਿਹੜੇ ਭਾਈ ਦੀਪ ਸਿੱਧੂ ਨੇ ਇੱਕ ਹੱਥ ਚ ਫੜ ਕੇ ਕਿਹਾ ਸੀ, ਪੰਜਾਬੀਓ ਇੱਕ ਹੱਥ ਚ ਮੇਰੇ ਝਾੜੂ ਹੈ, ਇੱਕ ਹੱਥ ਚ ਤਲਵਾਰ ਹੈ। ਸੋ ਕਿਸ ਨੂੰ ਪਿਆਰ ਕਰਦੇ ਹੋ ਤੁਸੀਂ? ਸਿੱਖ ਕੌਮ ਤਲਵਾਰਾਂ ਦੀ ਗੱਲ ਕਰਨ ਵਾਲੀ, ਅਸਤਰਾਂ ਦੀ ਗੱਲ ਕਰਨ ਵਾਲੀ, ਝਾੜੂ ਫੜ ਲਿਆ ਤੁਸੀਂ ਨੌਜਵਾਨਾਂ ਦੇ ਹੱਥ? ਨਾ 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 ਵੀਰੋ, ਬੜੇ ਪਿਛੜ ਜਾਂਗੇ ਜੇ ਇਹਨਾਂ ਦੀ ਸੋਚ ਨਾਲ ਤੁਸੀਂ ਚੱਲੇ। ਸੋ ਮੈਂ ਆਪਣੀ ਗੱਲ ਵੀ ਕਰਦਾ, ਆਫਟਰ ਕਾਲਜ ਤੋਂ ਬਾਅਦ, ਪੜ੍ਹ ਲਿਖਣ ਤੋਂ ਬਾਅਦ ਵਿਦੇਸ਼ ਛੱਡ ਕੇ ਜਨਮ ਭੂਮੀ ਵਾਸਤੇ ਕੁਛ ਕਰਨ ਆਇਆ। ਸੋ ਉਸ ਸਮੇਂ ਜਾਬਰ ਸੀ ਅਕਾਲੀ ਦਲ, ਕਾਂਗਰਸ ਦਾ ਸਾਥ ਦਿੱਤਾ, ਪਰ ਨਾ ਤਾਂ ਕਦੇ ਕੋਈ ਯੋਧਾ ਨਾ ਉਹਦੀ ਮੈਂਬਰਸ਼ਿਪ ਲਈ। ਉਸ ਦੇ ਨਾਲ ਰਲ ਕੇ ਲੜਾਈ ਲੜੀ ਅਕਾਲੀ ਦਲ ਦੇ ਖਿਲਾਫ, ਪਰ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਤਾਂ ਆਪਦੇ ਪਿੰਡਾਂ ਦੇ ਹੱਕਾਂ ਵਾਸਤੇ ਇਸ ਦੇ ਵਿਰੁੱਧ ਝੰਡਾ ਚੱਕਿਆ। ਤਾਂ ਮਿਲਿਆ ਕੀ ਸਾਨੂੰ, ਸਾਡੀ ਸੋਚ ਨੂੰ? ਸੋ ਵੀਰਾ, ਤੁਹਾਨੂੰ ਸਾਰਾ ਪਤਾ, ਮੇਰਾ ਪਿੰਡ ਸੈਣਾ ਹੈ, ਸਰਪੰਚ ਹਾਂ ਮੈਂ, ਗ੍ਰਾਮ ਪੰਚਾਇਤ ਸੈਣਾ ਦਾ। ਤਾਂ ਵਿਦੇਸ਼ਾਂ ਚੋਂ ਆ ਕੇ ਸਾਡਾ ਕਸੂਰ ਕੀ ਸੀ? ਅੱਜ ਮੈਂ ਤੁਹਾਨੂੰ ਦੱਸਣਾ, ਮਾਤਾਵਾਂ ਬੈਠੀਆਂ, ਬਜ਼ੁਰਗ ਬੈਠੇ ਨੇ, ਜਿਹੜਾ ਵੀ ਆ ਕੇ ਪੰਜਾਬ ਦੀ ਗੱਲ ਕਰੂ ਉਸ ਦੇ ਪਰਚੇ ਜੇਲਾ। ਜੇ ਪੰਜਾਬ ਤੋਂ ਤੁਸੀਂ ਡੋਮੈਸਟਿਕ ਲੈਵਲ ਤੇ ਉੱਠ ਕੇ ਨੈਸ਼ਨਲ ਲੈਵਲ ਦੀ ਗੱਲ ਕਰੋਗੇ, ਇੰਟਰਨੈਸ਼ਨਲ ਲੈਵਲ ਦੀ ਗੱਲ, ਤਾਂ ਤੁਹਾਡੇ ਬੱਚਿਆਂ ਵਾਸਤੇ ਗੋਲੀਆਂ। ਪਿੱਛੇ ਜੇ ਦੇਖਿਆ ਕੀ ਨਹੀਂ ਹੋਇਆ ਭਾਈ ਦੀਪ ਸਿੱਧੂ ਨਾਲ, ਕੀ ਨਹੀਂ ਹੋਇਆ ਸੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਨਾਲ, ਕੀ ਨਹੀਂ ਹੋਇਆ ਅੰਮ੍ਰਿਤਪਾਲ ਨਾਲ। ਸੋ ਇਸ ਤੋਂ ਬਾਅਦ ਮਾਨ ਸਾਹਿਬ ਨੇ ਬੋਲਣਾ, ਮੈਂ ਤੁਹਾਡੇ ਮੂਹਰੇ ਬੜਾ ਇਕੱਠ ਦੇਖ ਕੇ ਬੜਾ ਖੁਸ਼ੀ ਹੋਈ, ਤੁਹਾਡਾ ਬੇਨਤੀ ਕਰਕੇ ਜਾ ਰਿਹਾ ਵੀ ਅਸੀਂ ਲੜ ਰਹੇ ਹਾਂ ਤੁਹਾਡੇ ਵਾਸਤੇ, ਲੜ ਰਹੇ ਹਾਂ ਇਨਸਾਫ ਵਾਸਤੇ। ਤੇ ਅਸੀਂ ਇਹ ਲੜਦੇ ਲੜਦੇ ਪਰਚੇ ਸਰਚੇ ਸਾਨੂੰ ਕੀ ਕਰ ਲੈਣਗੇ? ਸਿੱਧੂ ਮੂਸੇਵਾਲਾ ਮਰ ਗਿਆ, ਉਹ ਮਰਿਆ ਨਹੀਂ ਗਾ, ਅਮਰ ਹੋ ਗਿਆ। ਨੌਜਵਾਨੋ, ਪਤਾ ਨਹੀਂ ਕਦੋਂ ਕਿਹਦੀ ਮੌਤ ਆਉਣੀ ਹੈ, ਸਾਨੂੰ ਵੀ ਅਸੀਂ ਪਤਾ ਨਹੀਂ ਰਾਹ ਚੱਲਦੇ ਕਦੋਂ ਮਰ ਜਾਣਾ। ਪਰ ਵਾਹਿਗੁਰੂ ਸਰਦਾਰ ਸਿੰਘ ਗੱਲ ਕਹਿ ਕੇ ਜਾਣਾ ਵੀ ਰੱਬਾ ਸਾਨੂੰ ਕਦੇ ਮੌਤ ਇਹੋ ਜਿਹੀ ਨਾ ਦੇ ਦੀ ਵੀ ਐਕਸੀਡੈਂਟ ਨਾਲ ਮਰ ਗਏ, ਅਸੀਂ ਹਾਰਟ ਅਟੈਕ ਨਾਲ ਮਰ ਗਏ। ਦੀ ਗੱਲ ਕਰਦੇ ਜੇ ਕੋਈ ਮਰ ਜਾਏ ਤਾਂ ਮੌਤ ਕਿਹੜੀ ਹੋ ਸਕਦੀ ਹੈ? ਸੋ ਆਮ ਆਦਮੀ ਪਾਰਟੀ ਨੇ ਜਿਹੜਾ ਗੁੰਡਾ ਰਾਜ ਪੰਜਾਬ 'ਚ ਤੋਰਿਆ ਉਸ ਤੋਂ ਤੁਸੀਂ ਭਲੀ ਭਾਤੀ ਜਾਣੂ ਹੋ। ਭਗਵੰਤ ਮਾਨ ਨੇ ਜਿਹੜੇ ਵਾਅਦੇ ਨੇ, ਕਿਹੜਾ ਵਾਅਦਾ ਪੂਰਾ ਕੀਤਾ ਭਾਈ ਮੈਨੂੰ ਦੱਸੋ? ਇੱਕੋ ਹੀ ਵਾਅਦਾ ਪੂਰਾ ਹੋਇਆ। ਭਗਵੰਤ ਸਿੰਘ ਮਾਨ ਨੇ ਕਿਹਾ ਸੀ 26 ਜਨਵਰੀ ਨੂੰ ਵੀ ਮਾਰਚ ਮਹੀਨੇ ਮੇਰੇ ਬੱਚਾ ਹੋਣ ਵਾਲਾ, ਤਾਂ ਉਹੀ ਇੱਕੋ ਵਾਅਦਾ ਪੂਰਾ ਹੋਇਆ।
ਹੋਰ ਕੋਈ ਵਾਅਦਾ ਪੂਰਾ ਹੋਇਆ ਤਾਂ ਦੱਸ ਦੋ। ਸੋ ਸਰਦਾਰ ਸਿਮਰਜੀਤ ਸਿੰਘ ਮਾਨ ਇੱਥੇ ਆਏ ਨੇ, ਬੀਬੀਆਂ ਬੈਠੀਆਂ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਜ਼ੁਰਗੋ, ਅਸੀਂ ਤੁਸੀਂ ਸਾਡੇ ਬਜ਼ੁਰਗੋ, ਇਹ ਰਾਤ ਹੋ ਰਿਹਾ ਪੰਜਾਬ ਦੀ ਗੱਲ ਕਰਦੇ ਹਾਂ, ਆਪਦੀ ਕੌਮ ਦੀ ਗੱਲ ਕਰਦੇ ਹਾਂ, ਪਰ ਜਦੋਂ ਸਾਡੇ ਦੇ ਪਰਚੇ ਹੁੰਦੇ ਨੇ, ਕਾਤਲ ਸਾਨੂੰ ਮਾਰਨਾ ਹੈ ਬਰਨਾਲਾ ਪੁਲਿਸ ਨੇ ਫੜ ਲਏ, ਤਾਂ ਸਾਡੇ ਸਿਰ ਤੇ ਹੱਥ ਕਿਹੜਾ? ਹੱਥ ਸਰਦਾਰ ਸਿਮਰਜੀਤ ਸਿੰਘ ਮਾਨ ਦਾ। ਸੋ ਦੇਖਿਓ, ਕੋਈ ਇਸ ਤਰ੍ਹਾਂ ਦੀ ਗਲਤੀ ਨਾ ਹੋ ਜਾਏ ਵੀ ਇਹ ਹੱਥ ਵੀ ਸਾਡੇ ਨੌਜਵਾਨਾਂ ਦੇ ਸਿਰ ਤੋਂ ਚੱਕਿਆ ਜਾਵੇ। ਸੋ ਵੀਰੋ, ਪੰਜਾਬੀਆਂ, ਸਿੱਖਾਂ, ਹਿੰਦੁਸਤਾਨ 'ਚ ਇਹ ਗੱਲ ਕਹੀ ਗਈ ਵੀ ਸਿੱਖ ਜਿੱਥੇ ਸ਼ੁਰੂ ਹੁੰਦਾ ਲੈਣ ਉੱਥੋਂ ਸ਼ੁਰੂ ਹੁੰਦੀ ਹੈ। ਸਮੁੱਚਾ ਹਿੰਦੁਸਤਾਨ ਕੀ, ਸਮੁੱਚਾ ਵਰਲਡ ਸਿੱਖਾਂ ਨੂੰ ਫੋਲੋ ਕਰਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਜਾਂ ਸਰਦਾਰ ਸਿਮਰਜੀਤ ਸਿੰਘ ਗੱਲ ਕਰਦਾ, ਇੰਟਰਨੈਸ਼ਨਲ ਲੈਵਲ ਦੀ ਸਮੁੱਚੇ ਵਰਲਡ 'ਚ ਜਾਂਦੀ ਹੈ। ਸੋ ਪਿੱਛੇ ਜਿਹੜੇ ਆਪਣੇ ਨੌਜਵਾਨ ਸੀ, ਮਾਨ ਸਾਹਿਬ ਤੁਹਾਨੂੰ ਦੱਸਣਗੇ, ਕੈਨੇਡਾ ਅਮੈਰੀਕਾ ਜਿਹੜਾ ਸਿੱਖ ਧਰਮ ਦੀ ਗੱਲ ਕੀਤੀ ਸ਼ਹੀਦ ਕਰਤਾ। ਸੋ ਹੁਣ ਮੈਂ ਕੁੱਲ ਮਿਲਾ ਕੇ ਤੁਹਾਡੇ ਮੂਹਰੇ ਬੇਨਤੀ ਕਰਨ ਆਇਆ ਵੀ ਜਿਹੜੀ ਤੁਹਾਡੀ ਵੋਟ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵਾਸਤੇ ਮੰਗਣ ਆਏ ਆ। ਹੋਣਾ ਤਾਂ ਇਹ ਚਾਹੀਦਾ ਸੀ, ਨੌਜਵਾਨ ਬੱਚੇ ਮਾਈਆਂ ਇਹ ਵਿਸ਼ਵਾਸ ਦਵਾਉਂਦੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੀ ਤੁਸੀਂ ਸਾਡੀ ਗੱਲ ਕਰ ਰਹੇ ਹੋ, ਪੰਜਾਬ ਦੀ ਗੱਲ ਕਰ ਰਹੇ ਹੋ। 92 ਚੋਂ ਕਿੰਨੇ ਕਹਿੰਦੇ ਆ ਤੁਹਾਡੇ ਵਿਚਕਾਰ, ਜਦੋਂ ਕੋਈ ਸੋਸ਼ਲ ਇਸ਼ੂ ਹੁੰਦਾ, ਜਦੋਂ ਸਿੱਖ ਕੌਮ ਨਾਲ ਧੱਕਾ ਹੁੰਦਾ, ਕਹਿੰਦੇ ਬਜ਼ੁਰਗ ਹੋ ਗਿਆ ਸਿਮਰਜੀਤ ਸਿੰਘ ਮਾਨ। ਕਿਸ ਤਰ੍ਹਾਂ ਕਹਿੰਦੇ ਹੋ ਭਾਈ ਤੁਸੀਂ ਬਜ਼ੁਰਗ ਹੋ ਗਿਆ? ਜਦੋਂ ਮੇਰੇ ਤੇ ਪਰਚਾ ਹੋਇਆ, ਉਗੋਕਿਆਂ ਨੇ ਮੇਰੇ ਖਿਲਾਫ ਗੱਲ ਕੀਤੀ, ਤਾਂ ਸਭ ਤੋਂ ਪਹਿਲਾਂ ਸੈਣੇ ਪਹੁੰਚ ਗਿਆ ਸੀ ਸਰਦਾਰ ਸਿਮਰਜੀਤ ਸਿੰਘ ਮਾਨ। ਲੱਖੇ ਤੇ ਕੋਈ ਪ੍ਰੋਬਲਮ ਆਉਂਦੀ ਆ, ਭਾਨੇ ਤੇ ਕੋਈ ਪ੍ਰੋਬਲਮ ਆਉਂਦੀ ਆ, ਪੰਜਾਬ ਦੀ ਗੱਲ ਆ, ਉੱਥੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ। ਫਿਰ ਕਿਸ ਤਰ੍ਹਾਂ ਮੰਨ ਲਈਏ, ਇਹ ਤਾਂ ਸਾਥੋਂ ਵੀ ਨੌਜਵਾਨ ਨੇ। ਸੋ ਇੱਕ ਗੱਲ ਲਾਸਟ ਕਰਨਾ ਚਾਹੁੰਦਾ, ਜਿਹੜੀਆਂ ਸਿੱਖ ਪਰੰਪਰਾਵਾਂ ਨੇ, ਸਿੱਖ ਸ਼ਕਤੀ ਆ, ਬੜੀ ਵੱਡੀ ਸ਼ਕਤੀ ਆ ਸਿੱਖ ਕੋਲੇ, ਪੰਜਾਬ ਕੋਲੇ, ਇਹ ਆਪਣੀ ਜਿਹੜੀ ਸ਼ਕਤੀ ਆ, ਸਮੇਂ ਦੀਆਂ ਸਰਕਾਰਾਂ ਨੇ 70 ਸਾਲਾਂ ਤੋਂ ਕਿਸ ਤਰ੍ਹਾਂ ਮਾਂਜਿਆ ਇਹ ਤੁਸੀਂ ਸੋਚ ਲਓ। ਆਪਣਾ ਰਾਜ ਸੀ, ਤਲਵਾਰ ਦੇ ਸਿਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਕੰਧਾਰ ਤੱਕ, ਲੱਦਾਖ ਤੱਕ, ਲਾਲ ਕਿਲ੍ਹੇ ਤੱਕ ਸਿੱਖਾਂ ਨੇ ਝੰਡਾ ਫਹਰਾਇਆ। ਸੋ ਅੱਜ ਤੁਹਾਡੀ ਵੋਟ ਦੀ ਸ਼ਕਤੀ ਲੋਕ ਸਭਾ 'ਚ ਕਿੰਨੀਆਂ ਸੀਟਾਂ ਪੰਜਾਬ ਦੀਆਂ ਇਸ ਨਾਲ ਨਾਪੀ ਜਾਣੀ ਆ, ਤਾਂ ਪੰਜਾਬ ਦੀਆਂ ਕਿੰਨੀਆਂ ਰਹਿ ਗਈਆਂ ਸੀਟਾਂ? ਲੈਂਦਾ ਪਾਕਿਸਤਾਨ ਅੱਡ ਕਰਤਾ, ਲੱਦਾਖ ਤੱਕ ਅੱਡ ਕਰਤਾ, ਹਰਿਆਣਾ ਅੱਡ ਕਰਤਾ, ਦਿੱਲੀ ਅੱਡ ਕਰਤੀ, ਅੱਜ ਤੁਹਾਡੇ ਕੋਲ ਸਿਰਫ ਤੇ ਸਿਰਫ 13 ਸੀਟਾਂ ਨੇ। 13 ਸੀਟਾਂ 'ਚੋਂ ਲੋਕ ਸਭਾ 'ਚ ਪੰਜਾਬ ਦੀ ਗੱਲ ਕਰਨ ਵਾਲੇ ਕਿੰਨੇ? ਕੱਲਾ ਇੱਕ ਤੇ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ। ਸੋ ਇਸ ਆਗੂ ਨੂੰ ਜੇ ਆਪਾਂ ਦੇਖੋ, ਇਹ ਗੱਲ ਹੈ, ਸਰਦਾਰ ਸਿਮਰਜੀਤ ਸਿੰਘ ਮਾਨ ਨਾ ਤਾਂ ਜਿੱਤ ਦਾ ਜਸ਼ਨ ਮਨਾਉਂਦੇ ਨੇ, ਨਾ ਹਾਰ ਦਾ ਮਾਤਮ। ਜੇ 19-21 ਹੋ ਗਈ, ਇਹ ਨਾ ਹਾਰ ਹਾਰ ਜਿੱਤ ਤੋਂ ਪਰੇ ਨੇ। ਹਾਰਾਂਗੇ ਅਸੀਂ, ਹਾਰਨਗੇ ਸਿੱਖ, ਹਾਰਨਗੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ। ਸੋ ਅੰਤ ਵਿੱਚ ਝੋਲੀ ਫਲਾ ਕੇ ਤੁਹਾਡੇ ਤੋਂ ਵੋਟ ਦੀ ਮੰਗ ਕਰਦਾ ਵੀ ਤੁਸੀਂ ਇਕੱਲੇ ਇਕੱਲੇ ਨੇ ਤਾਂ ਵੋਟ ਪਾਉਣੀ ਹੈ,
ਆਪ ਦੇ ਨਾਲ 100-100, 200-200 ਵੋਟਾਂ ਹੋਰ ਜੋੜੋ। ਜਿਹਨੇ ਵੋਟ ਪਾਉਣੀ ਹੈ ਹੱਥ ਖੜੇ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਮਰਥਨ ਕਰਨ। ਮੈਂ 2 ਨਾਰੇ ਮਾਰਾਂਗਾ, ਹੱਥ ਖੜੇ ਕਰਕੇ ਤੁਸੀਂ ਜਵਾਬ ਦੇਣਾ। ਭਾਈ ਤੁਸੀਂ ਵੀ ਨਾਲ ਹੋ, ਉੱਥੇ ਬੈਠੇ ਬਜ਼ੁਰਗ ਤੁਸੀਂ ਵੀ ਨਾਲ ਹੀ ਹੋ, ਦੂਰ ਹੋ ਕੋਈ ਗੱਲ ਨਹੀਂ, ਬੀਬੀਆਂ ਨਾਲ ਨੇ। ਸੋ ਹੱਥ ਖੜੇ ਕਰਕੇ ਆਪਾਂ ਹੌਸਲਾ ਅਫਜਾਈ ਕਰੀਏ, ਹੱਥ ਖੜੇ ਕਰਕੇ। ਸਰਦਾਰ ਸਿਮਰਜੀਤ ਸਿੰਘ ਮਾਨ, ਜ਼ੋਰ ਦੀ ਜ਼ੋਰ ਦੀ, ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਸਿਮਰਜੀਤ ਸਿੰਘ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।